ਚੱਲਦਾ ਹਾਲ ਬਹੁਤ ਵਧੀਆ ਔਰ ਇੱਕੋ ਜੀ ਅੱਜ ਮੈਂ ਆ ਰਿਹਾ ਸੀਗਾ ਹਾਂ ਪ੍ਰੋਗਰਾਮ ਬਣਾਉਣ ਲਈ ਸਟੂਡੀਓ ਨੂੰ ਜੀ ਤੇ ਰਾਜ ਰੂਹ ਵਰਗੀ ਡਿੱਗਦੀ ਆ ਬਰਫ ਹਾਂ ਹੈ ਉਹ ਤਾਂ ਫੰਬੇ ਡਿੱਗਦੇ ਉੱਤੇ ਹਾਂ ਜੀ ਬਾਹਰ ਕੱਢ ਕੇ ਦੇਖੋ ਮੈਂ ਤਾਂ ਖਾਦੇ ਚਾਰ ਪੰਜ ਚਾਰ ਪੰਜ ਚਾਹ ਵੀ ਪੈ ਗਏ ਆ ਔਰ ਜਦ ਦੱਸ ਦੀ ਸਵਾਦ ਤੇ ਸ਼ੁੱਧ ਬਿਲਕੁਲ ਇਹ ਤੋਂ ਸਾਫ਼ ਪਾਣੀ ਤਾਂ ਹੈ ਹੀ ਨਹੀਂ ਕੁਝ ਹਾਂ ਬਿਲਕੁਲ ਜੀ ਬਿਲਕੁਲ ਇਹ ਕੁਦਰਤ ਦੇ ਰਹੀ ਹੈ ਔਰ ਦੱਸ ਦਈਏ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਸਬਸਕ੍ਰਾਈਬ ਕਰੋ ਹਾਂ ਗੱਲਾਂ ਸ਼ੁਰੂ ਕਰ ਦਿਓ ਪਹਿਲੋਂ ਮੈਂ ਦੱਸ ਦਈਏ ਬਿਲਕੁਲ ਜੀ ਬਿਲਕੁਲ ਇਹਨੂੰ ਸਬਸਕ੍ਰਾਈਬ ਕਰੋ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਦੱਸੋ ਦੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਿਲਕੁਲ ਜੀ ਬਿਲਕੁਲ ਅਸੀਂ ਚਾਹੁੰਦੇ ਹਾਂ ਵੀ ਹਰੇਕ ਬੰਦੇ ਨੂੰ ਇਹਦੇ ਬਾਰੇ ਪਤਾ ਹੋਵੇ ਤੇ ਆਪਾਂ ਕੋਸ਼ਿਸ਼ ਕਰਨੀ ਆ ਤੇ ਹੋਰ ਇੱਥੋਂ ਦੇ ਲੋਕਲ ਬਾਹਰ ਜਾ ਕੇ ਪ੍ਰੋਗਰਾਮ ਕਰਕੇ ਨਾ ਤੇ ਉਹ ਪਾਇਆ ਕਰਨੇ ਫਿਰ ਤੁਸੀਂ ਦੇਖਣਾ ਇੰਡੀਆ ਬੈਠਿਆਂ ਦੇ ਜਾਂ ਜਿੱਥੇ ਮਰਜ਼ੀ ਬੈਠੇ ਹੋ ਕੈਨੇਡਾ ਦਾ ਨਜ਼ਾਰਾ ਨੂੰ ਕੈਨੇਡਾ ਦੇ ਨਜ਼ਾਰੇ ਦਿਖਾ ਦਿਆ ਕਰਨੇ ਆ ਤੇ ਹੁਣ ਦੇਖ ਲਓ ਸਮਝ ਲਓ ਸਾਡਾ ਇਹ ਟੇਕ ਆਫ ਹੀ ਹੋਇਆ ਹਜੇ ਜਹਾਜ਼ ਰਨਵੇ ਤੇ ਆਇਆ ਹੁਣ ਛੇਤੀ ਟੇਕ ਆਫ ਕਰ ਜਾਣਾ ਤੇ ਬਣਾ ਦਿਓ ਲੱਖ ਡੇਢ ਲੱਖ ਆਪਣੇ ਸਬਸਕ੍ਰਾਈਬਰ ਤੇ ਚੱਕ ਲਈਏ ਕੰਮ ਨੂੰ ਪਰ ਤੁਸੀਂ ਬਹੁਤ ਥੋੜੇ ਜਿਹੇ ਮੰਗੇ ਆ ਹਾਂ ਲੱਖ ਡੇਢ ਲੱਖ ਕੁਛ ਵੀ ਨਹੀਂ ਉਹ ਲੱਖ ਤਾਂ ਬਣੇ ਪਹਿਲਾਂ ਅੱਛਾ ਕਹਿੰਦਾ ਨੱਥ ਨੂੰ ਹੱਥ ਪੈ ਲੈ ਬਾਅਦ ਚ ਬਣਾ ਲਾਂਗੇ ਮਿਲੀਅਨ ਵੀ ਲੱਖੀ ਥੋੜੀ 10 ਲੱਖ ਵੀ ਬਣ ਜਾਊ ਪਤਾ ਜਦੋਂ ਉਦੋਂ ਲੱਗਣਾ ਤੇ ਜਦੋਂ ਹੋ ਗਿਆ ਕੰਮ ਵਧੀਆ ਸਹੀ ਹੈ ਬਿਲਕੁਲ ਜੀ ਤੇ ਕਾਕਾ ਇਸ ਹਫ਼ਤੇ ਖ਼ਬਰਾਂ ਕਾਫ਼ੀ ਨੇ ਖਬਰਾਂ ਤੇ ਖੈਰ ਹਰੇਕ ਹਫ਼ਤੇ ਹੁੰਦੀਆਂ ਨੇ ਪਰ ਜਿਹੜੀ ਦੁੱਖ ਦੀ ਖਬਰ ਹੈ ਉਹ ਇਹ ਹੈ ਵੀ ਜਿਹੜੇ ਆਪਣੇ ਜਨਰਲ ਬਿਪਿਨ ਰਾਵਤ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠੇ ਦੇਖੋ ਜੀ ਬੜਾ ਇਹ ਤਾਂ ਅਫਸੋਸ ਦੀ ਗੱਲ ਹੋਈ ਜੀ ਇਹ ਵੇਖ ਲਓ ਵੀ ਆਪਣੇ ਅਜੇ ਥੋੜੀ ਉਮਰ ਸੀ ਇਹਨਾਂ ਦੀ 62-63 ਸਾਲਾਂ ਦੀ ਜੀ ਬਿਲਕੁਲ ਹੈ ਜੀ ਤੇ ਔਰ ਜਨਰਲ ਆਰਮੀ ਚੀਫ ਇਨ ਕਮਾਂਡਰ ਔਰ ਇਹਨਾਂ ਦਾ ਹੈਲੀਕਾਪਟਰ ਕਰੈਸ਼ ਹੋਣਾ ਬਹੁਤ ਵੱਡੀ ਗੱਲ ਹੈ ਜੀ ਜੀ ਬਿਲਕੁਲ ਜੀ ਇਹ ਵੈਸੇ ਚੀਫ ਡਿਫੈਂਸ ਸਰਵਿਸ ਹੈਗਾ ਜਿਹੜਾ ਸਟਾਫ ਜਿਹੜਾ ਇਹ ਪਹਿਲਾਂ ਉਹਦਾ ਹੈ ਨਹੀਂ ਸੀ 2020 ਦੇ ਵਿੱਚ ਹੀ ਕ੍ਰੀਏਟ ਕੀਤਾ ਗਿਆ ਇਹ ਤਿੰਨੋਂ ਫੋਰਸਿਸ ਦਾ ਜਿਹੜਾ ਚੀਫ ਸੀਗਾ ਬਿਪਿਨ ਰਾਵਤ ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਵੀ ਐਡੇ ਵੱਡੇ ਲੈਵਲ ਦੇ ਬੰਦੇ ਦਾ ਜਹਾਜ਼ ਕਰੈਸ਼ ਹੋ ਜਾਣਾ ਇਹ ਬਿਗ ਬਲੋ ਹੈ ਜਿਹੜਾ ਇੰਡੀਅਨ ਆਰਮੀ ਦੇ ਵਾਸਤੇ ਵੀ ਇਸ ਲੈਵਲ ਤੇ ਗੱਲ ਜਾਣੀ ਨਹੀਂ ਚਾਹੀਦੀ ਸੀ ਆਰਮੀ ਦਾ ਸੀਗਾ ਜੀ ਨਾਲੇ ਚੌਪਰ ਉਹ ਹੈਲੀਕਾਪਟਰ ਬਿਲਕੁਲ ਉਹ ਪ੍ਰੋਪਰ ਹੁੰਦਾ ਉਹ ਚ ਸਿਕਿਉਰਿਟੀ ਹੁੰਦੀ ਸਭ ਕੁਝ ਹੁੰਦਾ 2 ਪਾਇਲਟ ਹੁੰਦੇ ਆ ਥੱਲਿਓਂ ਵੀ ਉਹਨੂੰ ਮੋਨੀਟਰ ਕੀਤਾ ਜਾਂਦਾ ਹੈ ਵੀ ਉੱਤੇ ਕਿੱਥੇ ਜਾ ਰਿਹਾ ਕੀ ਔਰ ਉੜਨ ਤੋਂ ਪਹਿਲਾਂ ਪੂਰੀ ਉਹਦੀ ਚੈੱਕਅਪ ਹੁੰਦੀ ਸਰਵਿਸ ਹੁੰਦੀ ਬੜੀ ਹੈਰਾਨੀ ਦੀ ਗੱਲ ਹੈ ਜੀ ਇਹ ਤਾਂ ਔਰ ਜੀ ਜਦੋਂ ਕਹਿੰਦੇ ਆ ਚੀਫ ਉਹ ਫਲਾਈ ਕਰਦਾ ਹੈ ਇਸ ਲੈਵਲ ਦੇ ਬੰਦੇ VVIP ਬੰਦੇ ਫਲਾਈ ਕਰਦੇ ਨੇ ਖਾਸ ਤੌਰ ਤੇ ਜਦੋਂ ਇਹ ਫਲਾਈ ਕਰਦਾ ਹੈ ਉਦੋਂ ਥੱਲੇ ਪੂਰੀ ਚੌਕਸੀ ਰਹਿੰਦੀ ਹੈ ਕਿਉਂਕਿ ਇਹ ਸਭ ਤੋਂ ਸੇਫ ਹੈ ਜਿਹੜਾ ਉਹ ਜਨਰਲ ਰੱਖਿਆ ਜਾਂਦਾ ਬਿਲਕੁਲ ਜੀ ਬਿਲਕੁਲ ਔਰ ਜਿਹੜਾ ਚੀਫ ਡਿਫੈਂਸ ਹੈ ਉਹਨੂੰ ਸਭ ਤੋਂ ਸੇਫੈਸਟ ਜਗ੍ਹਾ ਤੇ ਰੱਖਿਆ ਜਾਂਦਾ ਸੇਫ ਉਹਨੂੰ ਮੰਨਿਆ ਜਾਂਦਾ ਤੇ ਬਹੁਤ ਕਈ ਲੋਕ ਕਹਿੰਦੇ ਹੋ ਸਕਦਾ ਵੀ ਹਾਲੇ ਕਿ ਹਾਲੇ ਟੂ ਅਰਲੀ ਟੂ ਸੇ ਆ ਵੀ ਹੋਇਆ ਕੀ ਹੈ ਪਰ ਜਿਹੜੇ ਉਹਦੇ ਵਿੱਚ ਵੋਇਸ ਰਿਕਾਰਡਰ ਨੇ ਜਾਂ ਡਾਟਾ ਰਿਕਾਰਡਰ ਨੇ ਉਹਦਾ ਤੋਂ ਬੜੀ ਜਲਦੀ ਸਾਨੂੰ ਪਤਾ ਲੱਗ ਜਾਣਾ ਪਤਾ ਤਾਂ ਲੱਗ ਜਾਣਾ ਚਾਹੀਦਾ ਜੀ ਕਿਉਂਕਿ ਜਦੋਂ ਹੈਲੀਕਾਪਟਰ ਆਰਮੀ ਦਾ ਏਅਰ ਵਿੱਚ ਹੁੰਦਾ ਤੇ ਉਹਨਾਂ ਦਾ ਨਿਰੰਤਰ ਕੰਟੈਕਟ ਹੁੰਦਾ ਥੱਲੇ ਜੀ ਉਹ ਕੰਟੈਕਟ ਤੇ ਚਲੋ ਹੁੰਦਾ ਹੀ ਹੈ ਨਾਲ ਉਹਦਾ ਜੀ ਪੂਰਾ ਡਾਟਾ ਵੀ ਕੀ ਵੌਇਸ ਰਿਕਾਰਡਰ ਹੈ ਦੂਸਰਾ ਡਾਟਾ ਵੀ ਫਲਾਈ ਕੇ ਸਭ ਨਾਲ ਕਰਦੇ ਸੀ ਕੀ ਹੋ ਰਿਹਾ ਸੀ ਔਰ ਜਿਹੜੀ ਹੈਲੀਕਾਪਟਰ ਦੀ ਮੇਕਿੰਗ ਕੰਪਨੀ ਜਿਹੜੇ ਮੇਕਰ ਨੇ ਉਹ ਵੀ ਪਹੁੰਚ ਗਏ ਹੁਣੇ ਹੁਣ ਤੱਕ ਉੱਥੇ ਉਹ ਵੀ ਜਾ ਕੇ ਦੇਖਦੇ ਨੇ ਕਿ ਬਈ ਕਿਉਂ ਡਿੱਗਿਆ ਅੱਗੇ ਅੱਗੇ ਵਾਸਤੇ ਔਰ ਵੇਖੋ ਨਾ ਜੀ ਕਿੰਨਾ ਜੰਗਲ ਚ ਡਿੱਪਿਆ ਜੀ ਬਿਲਕੁਲ ਜੀ ਔਰ ਜੇ ਕਿਤੇ ਕਹਿੰਦੇ ਨੇ ਆਪਣੇ ਹੋ ਸਕਦਾ ਵੀ ਹਾਲੇ ਕੋਈ ਟੂ ਅਰਲੀ ਟੂ ਸੇ ਆ ਵੀ ਮੌਸਮ ਦੀ ਖਰਾਬੀ ਕਾਰਨ ਹੋ ਸਕਦਾ ਪਰ ਮੌਸਮ ਦੀ ਖਰਾਬੀ ਵੀ ਹਿਊਮਨ ਐਰਰ ਮੰਨਿਆ ਜਾਂਦਾ ਹੈ ਬਿਲਕੁਲ ਜੀ ਜੇ ਮੌਸਮ ਦੀ ਖਰਾਬੀ ਸੀ ਤੇ ਉਹਨੂੰ ਉੜਨ ਕਿਉਂ ਦਿੱਤਾ ਔਰ ਉਹ ਰੂਟ ਚੇਂਜ ਹੋ ਸਕਦਾ ਸੀ ਔਰ ਜਿਹੜੇ ਬੰਦੇ ਥੱਲੇ ਬੈਠੇ ਦੇਖਦੇ ਨੇ ਪਾਇਲਟ ਚਲਾ ਰਹੇ ਨੇ ਔਰ ਉਹਨਾਂ ਸਾਰਿਆਂ ਦੀ ਰਿਸਪੋਂਸੀਬਿਲਟੀ ਬਣਦੀ ਹੈ ਬਿਲਕੁਲ ਜੀ ਬਿਲਕੁਲ ਔਰ ਇਹ ਜਿਹੜੀ ਇੰਡੀਅਨ ਆਰਮੀ ਆ ਜਾਂ ਭਾਰਤੀ ਸਰਕਾਰ ਆ ਉਹਨੂੰ ਬਹੁਤ ਵੱਡਾ ਇਹ ਧੱਕਾ ਆ ਤੇ ਬਲੋ ਜਿਹਨੂੰ ਆਪਾਂ ਅੰਗਰੇਜ਼ੀ ਚ ਕਹੀਦਾ ਤੇ ਬੜੀ ਇਹ ਵੈਸੇ ਵੀ ਸ਼ਰਮਨਾਕ ਘਟਨਾ ਬਣ ਜਾਂਦੀ ਦੁਨੀਆ ਦੀਆਂ ਨਜ਼ਰਾਂ ਚ ਆਰਮੀ ਦੇ ਲਈ ਤੇ ਸ਼ਰਮਨਾਕ ਹੀ ਹੈ ਕਿਉਂਕਿ ਆਰਮੀ ਦੇ ਏਡੇ ਵੱਡੇ ਆਫਿਸਰ ਦਾ ਜਹਾਜ਼ ਡਿੱਗ ਜਾਣਾ ਕਰੈਸ਼ ਹੋ ਜਾਣਾ ਇਹ ਦੱਸਦਾ ਆ ਕਿ ਬਈ ਕੋਈ ਉੱਥੇ ਬੰਦਾ ਜਿੱਦਾਂ ਕਹਿ ਲਓ ਕਿ ਕੋਈ ਰਿਸਪੋਂਸੀਬਿਲਟੀ ਨਹੀਂ ਕੋਈ ਲੈ ਰਿਹਾ ਵੱਡੇ ਲੈਵਲ ਤੇ ਅਣਗਹਿਲੀ ਹੈ ਜੀ ਵੱਡੇ ਲੈਵਲ ਤੇ ਵੱਡੇ ਲੈਵਲ ਤੇ ਅਣਗਹਿਲੀ ਹੈ ਹਾਂ ਬਿਲਕੁਲ ਜੇ ਸਾਡਾ ਚੀਫ ਆਫ ਡਿਫੈਂਸ ਸੇਫ ਨਹੀਂ ਹੈ ਹਾਂ
ਤੇ ਕੋਈ ਵੀ ਸੇਫ ਨਹੀਂ ਹੈ। ਸੇਫ ਉੱਥੇ ਕੌਣ ਆ? ਕੋਈ ਵੀ ਨਹੀਂ, ਕੋਈ ਵੀ ਨਹੀਂ। ਔਰ ਕੋਈ ਵੀ ਐਕਸੀਡੈਂਟ ਹੁੰਦਾ ਚਾਹੇ ਰੋਡ ਤੇ ਹੁੰਦਾ ਚਾਹੇ ਏਅਰ ਦੇ ਵਿੱਚ ਹੁੰਦਾ, ਉਹ ਕਿਉਂਕਿ ਇਹਦੀ ਜਦੋਂ ਮੈਂ ਟ੍ਰੇਨਿੰਗ ਲਈ ਸੀ ਉਹ ਕਹਿੰਦੇ ਵੀ 100% ਹਿਊਮਨ ਐਰਰ ਹੁੰਦਾ। ਜਿਹੜੀ ਮਸ਼ੀਨ ਹੈ ਉਹ ਤਾਂ ਮਸ਼ੀਨ ਬਣੀ ਹੋਈ ਹੈ, ਜਾਂ ਜੇ ਟੈਕਨੀਕਲ ਹੈ ਉਹ ਵੀ ਹਿਊਮਨ ਐਰਰ ਹੈ ਜਿਹਨੇ ਸਹੀ ਨਹੀਂ ਕੀਤਾ, ਬਿਲਕੁਲ, ਜਾਂ ਫਿਰ ਡਰਾਈਵਰ ਦਾ ਜਾਂ ਪਾਇਲਟ ਦਾ ਜਿਹੜਾ ਫਾਲਟ ਹੈ। ਹਿਊਮਨ ਐਰਰ ਤੋਂ ਬਿਨਾਂ ਕਦੇ ਵੀ ਕੋਈ ਐਕਸੀਡੈਂਟ ਨਹੀਂ ਹੁੰਦਾ। ਹੁੰਦੀ ਬੰਦੇ ਦੀ ਗਲਤੀ ਤਾਂ ਹੀ ਮਸ਼ੀਨ ਗਲਤ ਜਾਂਦੀ ਹੈ। ਬਿਲਕੁਲ ਬਿਲਕੁਲ, ਕੋਈ ਨਾ ਕੋਈ ਉਹਨੂੰ ਗਲਤ ਕਰਦਾ। ਇਸ ਲਈ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਤੇ ਜਿਹੜੀ ਕੋਈ ਵੀ ਜਿਹੜੀ ਜ਼ਿੰਦਗੀ ਹੈ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਹੈ, ਮਿਲੇ ਨਾ ਬਾਰੋਂ ਬਾਰ, ਇਹ ਵਾਰ ਵਾਰ ਨਹੀਂ ਮਿਲਦੀ, ਪਰ ਇਹਦੀ ਜਿਹੜੀ ਹਿਫਾਜ਼ਤ ਕਰਨੀ ਸਰਕਾਰਾਂ ਦੇ ਫਰਜ਼ ਹੈ, ਪਰ ਇਸ ਲੈਵਲ ਤੱਕ ਨਹੀਂ ਹਿਫਾਜ਼ਤ ਹੋਣੀ ਤੇ ਕਦੇ ਕਦੇ ਸਾਨੂੰ ਚਿੰਤਾ ਦੇ ਵਿੱਚ ਪਾਉਂਦੇ ਆ ਵੀ ਸਾਡੇ ਵਰਗੇ ਦਾ ਕੀ ਬਣੂ। ਬਿਲਕੁਲ ਜੀ, ਸ਼ਰਮਨਾਕ ਘਟਨਾ ਹੈ ਜੀ ਇਹ ਸਾਰਿਆਂ ਲਈ, ਪਾਇਲਟਾਂ ਲਈ ਤੇ ਉਹਦੀ ਆਰਮੀ ਲਈ ਤੇ ਉਹਦੇ ਡਿਫੈਂਸ ਸਿਸਟਮ ਲਈ, ਭਾਰਤੀ ਸਰਕਾਰ ਲਈ ਜਵਾਬਦੇਹ ਹੋਣਾ ਬੜਾ ਔਖਾ ਹੋ ਜਾਂਦਾ ਹੈ। ਸਾਰਿਆਂ ਲਈ ਜਵਾਬਦੇਹ ਨੇ, ਪਰ ਇੱਕ ਮੈਂ ਜ਼ਰੂਰ ਗੱਲ ਕਰਦਾ, ਜਦੋਂ ਨਾ ਜਿਹੜੇ ਪਾਇਲਟਸ ਨੇ ਦੁਨੀਆਂ ਦੇ ਵਿੱਚ, ਆਪਾਂ ਕਮਰਸ਼ੀਅਲ ਪਾਇਲਟ ਦੀ ਗੱਲ ਕਰਦੇ ਹਾਂ, ਆਰਮੀ ਦੀ ਨਹੀਂ, ਉਹਦੇ ਵਿੱਚ ਕਿਸੇ ਵੀ ਤੁਸੀਂ ਜਿਹੜੇ ਪੁਰਾਣੇ ਪਾਇਲਟ ਵੀ ਹੁੰਦੇ ਸੀ ਇੰਡੀਆ ਦੇ, ਉਹ ਇਹ ਸਮਝਦੇ ਸੀ ਵੀ ਸਾਡੇ ਕੋਲ ਜੇ ਜਹਾਜ਼ ਦੀ ਰਿਸਪੋਂਸੀਬਿਲਟੀ ਹੈ ਤੇ ਵੀ 300, 350, 400, 500 ਜਿੰਨੇ ਵੀ ਬੰਦੇ ਦਾ ਜਹਾਜ਼ ਹੈ ਪੈਸੰਜਰ ਵਾਲਾ, ਤੇ ਇੰਨਿਆਂ ਦੀ ਸਾਡੀ ਜ਼ਿੰਮੇਵਾਰੀ ਹੈ। ਬਿਲਕੁਲ ਜੀ ਬਿਲਕੁਲ, ਇਹਨਾਂ ਨੂੰ ਸੇਫ, ਉਹਨਾਂ ਦੇ ਹੱਥ 'ਚ ਹੁੰਦੀ ਜਾਨ, ਇਹਨਾਂ ਨੂੰ ਸੇਫ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਅੱਜ ਦੇ ਜਿਹੜੇ ਪਾਇਲਟ ਨੇ, ਖਾਸ ਤੌਰ 'ਤੇ ਜਿਹੜੇ ਇੰਡੀਆ ਦੇ ਟ੍ਰੇਨਡ ਪਾਇਲਟ ਨੇ ਇੱਥੇ ਆਉਂਦੇ ਨੇ, ਉਹਨਾਂ ਨੂੰ ਪੁੱਛੋ, ਉਹ ਤਾਂ ਤੈਨੂੰ ਪਤਾ ਮੈਂ 250 million ਦਾ ਜਹਾਜ਼ ਚਲਾਉਂਦਾ ਹੈ, 250 million ਮੇਰੇ ਹੱਥ ਵਿੱਚ ਹੁੰਦਾ ਹੈ। ਬੰਦਿਆਂ ਦਾ ਕੋਈ ਨਹੀਂ, ਕਿਉਂਕਿ ਇੱਕ ਤਾਂ ਹੈ ਰਿਸਪੋਂਸੀਬਿਲਟੀ, ਦੂਜਾ ਸੋਚਣਾ ਕਿ ਮੇਰਾ ਅਧਿਕਾਰ ਹੈ। ਟੌਰ ਟੌਰ, ਹਾਂ ਤੇ ਉਹ ਜਿਹੜੀ ਟ੍ਰੇਨਿੰਗ ਹੈ ਉਸ ਹਿਸਾਬ ਨਾਲ ਲਿਖਦੇ ਨੇ ਵੀ ਟ੍ਰੇਨਿੰਗ ਹੈ ਜਿਹੜੀ ਉਹ ਹਰੇਕ ਡਰਾਈਵਰ ਨੂੰ, ਚਾਹੇ ਉਹ ਜਹਾਜ਼ ਦਾ ਹੈ ਤੇ ਚਾਹੇ ਉਹ ਬੱਸ ਦਾ ਹੈ। ਤਾਂ ਹੀ ਕਹਿੰਦੇ ਆ ਜੀ ਮੈਚਿਓਰ ਬੰਦਾ ਚਾਹੀਦਾ ਜਿਹੜਾ ਡਰਾਈਵਰ ਹੋਵੇ, ਭਾਵੇਂ ਤੁਹਾਡੀ ਗੱਡੀ ਦਾ ਹੋਵੇ ਤੇ ਚਾਹੇ ਜਹਾਜ਼ ਦਾ ਤੇ ਚਾਹੇ ਹੈਲੀਕਾਪਟਰ ਦਾ। ਮੈਚਿਓਰ ਬੰਦੇ ਨੂੰ ਥੋੜ੍ਹੀ ਜਿਹੀ ਸਮਝ ਹੁੰਦੀ ਆ ਔਰ ਉਹਨੂੰ ਫਿਕਰ ਵੀ ਹੁੰਦਾ ਲੋਕਾਂ ਦਾ। ਬਿਲਕੁਲ, ਔਰ ਅਸੀਂ ਆਪਣੇ ਵੱਲੋਂ ਦੁੱਖ ਦਾ ਪ੍ਰਗਟਾਵੇ ਕਰ ਸਕਦੇ। ਬਿਲਕੁਲ ਜੀ ਬਿਲਕੁਲ, ਕਿ ਟੋਟਲ 13 ਜਾਨਾਂ ਗਈਆਂ ਨੇ ਤੇ ਇਸ ਲਈ ਕੋਈ ਵੀ ਜਾਨ ਜਿਹੜੀ ਜਾਣੀ ਹੈ ਅਜਾਈ ਜਾਣੀ ਹੈ ਉਹਦਾ ਸਾਨੂੰ ਸਾਰਿਆਂ ਨੂੰ ਦੁੱਖ ਹੁੰਦਾ। ਬਿਲਕੁਲ ਜੀ, ਮੁੜ ਮੁੜ ਕੇ ਨਹੀਂ ਇਹ ਮਾਨਸ ਦੇ ਮਿਲਦੀ ਤੇ ਬੜਾ ਅਫਸੋਸ ਹੋਇਆ ਜੀ, ਬੜਾ ਸਾਡੇ ਵੱਲੋਂ। ਪਰ ਇਹਦੇ ਨਾਲ ਨਾਲ ਹੀ ਨਾ ਕਈ ਲੋਕ ਨੇ ਉਹਨਾਂ ਨੇ ਆਪਦੇ ਮੱਥੇ ਤੇ ਕਲੰਕ ਲਵਾ ਲਏ ਹੁੰਦੇ ਤੇ ਉਹ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਕਰਦੇ। 1984 ਦੇ ਵਿੱਚ ਸਿੱਖ ਵਿਰੋਧੀ ਦੰਗੇ ਕਹਿੰਦੇ, ਪਰ ਜੈਨੋਸਾਈਡ, ਇਹ ਤੇ ਆਪਣੀ BJP ਨੇ ਵੀ ਕਿਹਾ ਸੀ ਵੀ ਜੈਨੋਸਾਈਡ ਸੀ ਉਹ। ਬਿਲਕੁਲ ਜੀ, ਜੈਨੋਸਾਈਡ ਸਿਗਾ ਤੇ ਕਹਿਣਾ ਕੀ ਆ ਇੱਥੇ। ਔਰ ਸੱਜਣ ਕੁਮਾਰ ਤੇ ਕੇਸ ਚੱਲਦਿਆਂ ਕਿੰਨਾ ਚਿਰ ਹੋ ਗਿਆ, 75 ਸਾਲਾਂ ਦਾ ਹੋ ਗਿਆ ਹੁਣ ਉਹ, 1984 ਤੋਂ ਲੈ ਕੇ ਅੱਜ ਤੱਕ 37 ਸਾਲ ਹੋ ਗਏ ਨੇ। ਤੇ ਹੁਣ ਉੱਥੇ ਆਪਣੇ ਦਿੱਲੀ ਕੋਰਟ ਦੇ ਵਿੱਚ ਜਿਹੜਾ ਜੱਜ ਨਾਗਪਾਲ ਨੇ ਕਿਹਾ ਕਿ ਇਹਦੇ ਤੇ ਬਹੁਤ ਸਾਰੇ ਸਬੂਤ ਨੇ, ਇਹਦੇ ਤੇ ਜਿਹੜੇ ਕੇਸ ਨੇ ਉਹ ਚੱਲਣੇ ਚਾਹੀਦੇ ਨੇ। ਬਿਲਕੁਲ ਚੱਲਣੇ ਚਾਹੀਦੇ ਜੀ, ਹੁਣ ਨੂੰ ਤਾਂ ਇਹਨੂੰ ਕੀਤਾ ਹੁੰਦਾ ਕਿਸੇ ਨਾ ਕਿਸੇ ਪਾਸੇ। ਹੋਰ ਮੈਂ ਸਰਪ੍ਰਾਈਜ਼ ਆ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਬਿਲਕੁਲ, ਇੱਥੇ ਕਹਾਵਤ ਆ ਅੰਗਰੇਜ਼ੀ ਦੀ। ਬਿਲਕੁਲ ਜੀ, ਜਸਟਿਸ ਨਾ ਮਿਲਣਾ ਜਾਂ ਦੇਰੀ ਨਾਲ ਮਿਲਣਾ ਉਹ ਤੇ ਬਿਲਕੁਲ, ਔਰ ਜੇ ਅੱਜ ਉਹਨਾਂ ਨੂੰ ਲੱਗਦਾ ਹੈ ਤਾਂ ਸਰਪ੍ਰਾਈਜ਼ ਆ ਵੀ ਇਹ ਵੀ ਜੱਜ ਆ ਜਿਹੜੇ ਪਹਿਲਾਂ ਉਹਨੂੰ ਛੱਡ ਦਿੰਦੇ ਸੀ ਉਹ ਵੀ ਜੱਜ ਨੇ, ਤੇ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੂੰ ਮਜਬੂਰ ਕਰ ਦਿੰਦੀ ਹੈ ਵੀ ਇੱਡੇ ਵੱਡੇ ਜੇ ਖੂਨੀ ਬੰਦੇ ਨੂੰ ਬੰਦਾ ਕਹਿੰਦਾ ਸੜਕਾਂ ਤੇ ਤੁਰਿਆ ਫਿਰ ਘੁੰਮਦਾ ਰਿਹਾ ਤੂੰ। ਦੇਖੋ ਜੀ, ਜਿਹੜੇ ਨਾ ਪੋਲੀਟੀਕਲ ਬੰਦੇ ਆ, MP ਹੋਏ, ਪ੍ਰਾਈਮ ਮਿਨਿਸਟਰ ਹੋਏ ਜਾਂ ਜਿੰਨੇ ਵੀ ਮਿਨਿਸਟਰ ਆ, ਉਹਨਾਂ ਦੀ ਜਦੋਂ ਦਖਲ ਅੰਦਾਜ਼ੀ ਹੁੰਦੀ ਆ ਕੋਰਟਾਂ ਵਿੱਚ, ਪੁਲਿਸ ਵਿੱਚ, ਮਿਲਟਰੀ ਵਿੱਚ, ਉਦੋਂ ਫਿਰ ਗੰਦ ਪੈਂਦਾ ਹੀ ਪੈਂਦਾ ਹੈ ਜੀ। ਉਹਨਾਂ ਦੀ ਦਖਲ ਅੰਦਾਜ਼ੀ ਕਰਕੇ ਅੱਜ ਤੱਕ ਡਿਲੇ ਹੋਇਆ ਜੀ। ਔਰ ਬਹੁਤ ਸਾਰੇ ਲੋਕ ਇਹ ਕਹਿੰਦੇ ਮਨਮੋਹਨ ਸਿੰਘ ਸਿੱਖ ਸੀ ਤੇ ਉਹਦੇ ਰਾਜਕਾਲ ਦੇ ਦੌਰਾਨ ਇਹ MP ਰਿਹਾ, ਔਰ 2004 ਤੋਂ ਜਦੋਂ MP ਬਣਿਆ 2005 ਦੇ ਵਿੱਚ ਨਾ ਜਿਹੜੀ ਡਿਵੈਲਪਮੈਂਟ ਅਥਾਰਟੀ ਹੈ ਜਿਹੜੀ ਸ਼ਹਿਰਾਂ ਦੀ ਹੈ ਤੇ ਉਹਨਾਂ ਦਾ ਮੈਂਬਰ ਰਿਹਾ ਕਮੇਟੀ ਦਾ, ਮਤਲਬ ਉਹ ਕਹਿੰਦੇ ਸਦਾ ਪੈਸਾ 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 ਹੀ ਹੁੰਦਾ ਉਹਦੇ ਵਿੱਚ। ਦੇਖੋ ਜੀ, ਗੱਲ ਇਹ ਆ ਮਨਮੋਹਨ ਸਿੰਘ ਜੀ ਦਾ ਨਾਂ ਸੁਣ ਕੇ ਵੈਸੇ ਹੈ ਤਾਂ ਬਹੁਤ ਇੰਟੈਲੀਜੈਂਟ, ਪਰ ਮੈਨੂੰ ਇੱਕ ਗਾਣਾ ਯਾਦ ਆ ਜਾਂਦਾ, ਅੱਛਾ, ਬੋਲ ਮਿੱਟੀ ਦੇ ਬਾਬ ਯਾਰ, ਉਹ ਮਿੱਟੀ ਦਾ ਹੀ ਸ਼ੇਰ ਹੋਇਆ ਜੀ। ਮਨਮੋਹਨ ਸਿੰਘ ਬਾਰੇ ਕੀ ਗੱਲ ਕਰਨੀ, ਉਹ ਹਿਸਾਬ ਕਿਤਾਬ ਕਰਾਉਣਾ ਕਰਾ ਲਓ, ਬਾਕੀ ਉਹਨੂੰ ਕੁੱਖ ਨੀ ਪਤਾ। ਉਹ ਕਹਿੰਦਾ ਆਪਣਾ ਬਾਅਦ ਚ ਮਿੱਟੀ ਆਉਣਾ, ਪਹਿਲੇ ਮਿੱਟੀ ਹੋ ਜਾਂਦੇ ਹਾਂ।
ਸੱਜਣ ਕੁਮਾਰ ਦੇ ਖਿਲਾਫ ਜੇ ਇੰਨੇ ਸਬੂਤ ਹੈਗੇ ਆ ਤੇ ਜਲਦੀ ਤੋਂ ਜਲਦੀ ਇਹਨੂੰ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹੋ ਜਿਹੇ ਬੰਦੇ ਨੂੰ ਤਾਂ ਜੋ ਆਉਣ ਵਾਲਿਆਂ ਨੂੰ ਪਤਾ ਲੱਗ ਜਾਵੇ ਭਾਈ ਏਦਾਂ ਹੋਇਆ ਸੀ ਤਾਂ ਆਹ ਸਜ਼ਾ ਉਹਨੂੰ ਮਿਲੀ ਸੀਗੀ। ਜੀ ਬਿਲਕੁਲ ਜੀ, ਜੋ ਵੀ ਹਜ਼ਾਰਾਂ ਦੇ ਹਿਸਾਬ ਨਾਲ ਮੇਰੇ ਖਿਆਲ 10,000 ਦੇ ਲਾਗੇ ਛਾਗੇ ਦਿੱਲੀ ਚ ਕਤਲ ਹੋਇਆ ਸੀਗਾ ਉਸ ਵੇਲੇ। ਔਰ ਜੀ ਗਿਣਤੀ ਕੋਈ ਰੱਖੀ ਨੀ ਕਿਸੇ, ਕੋਈ ਸਹੀ ਗਿਣਤੀ ਦਿੰਦਾ ਨਹੀਂ। ਇਹ ਕੰਮ ਸਰਕਾਰ ਦਾ ਸੀ, ਸਰਕਾਰ ਨੇ ਆਪ ਕਰਵਾਇਆ ਸੀ ਉਸ ਵੇਲੇ ਜੀ ਨੇ। ਬਿਲਕੁਲ ਬਿਲਕੁਲ। ਤੇ ਫਿਰ ਕੌਣ ਕਵੇ ਵੀ ਕਿੰਨੇ ਬੰਦੇ ਸੀ, ਜਿੰਨੇ ਵੀ ਹੈ ਸੀ ਉਹਨਾਂ ਲਈ ਸਾਨੂੰ ਦੁੱਖ ਹੈ। ਅਸੀਂ ਪ੍ਰੋਗਰਾਮ ਨੂੰ ਚੱਲਦਾ ਰੱਖਣਾ ਹੈ ਔਰ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਬਿਲਕੁਲ।